خدا کی ملا ہے محمد رضا ہے خدا کی رضا ہے محمد زمانے کا ٹھکرا اگر کوئی بشر ہو مجھے دکھڑے سارے مٹائے محمد کرے ٹکڑے چندے شکیب ہول بندے لتھے سچ کو واپس ملائے محمد کہ سفری کا سب کچھ آقا تم پنا دے ازل سے بنی دل فدائے محمد میرے محمد مصطفیٰ مردوں کو زندہ کرتے ہیں میرے محمد مصطفیٰ مردوں کو زندہ کرتے ہیں لوگ تو عیسیٰ مسیحائی کا دم بھرتے ہیں میرے محمد مصطفیٰ مردوں کو زندہ کرتے ہیں تارے تے نہ موسیٰ اُتے وکھا توروں دے نہ لہو قلم فردوس جنت تے نہ جن وی بشر نہ ملک حور ہوں دے نہ عیسیٰ داؤد خلیل ہوں دے تے نہ قرآن انجیل زبور ہوں دے اور دل شاہ غیر خدا بھی نہ ہوں دے تے کر پید نہ ایک حضور ہوں دے میرے محمد مصطفیٰ مردوں کو زندہ کرتے ہیں میرے محمد مصطفیٰ مردوں کو زندہ کرتے ہیں لوگ تو عیسیٰ مسیحائی کا دم بھرتے ہیں لوگ تو عیسیٰ مسیحائی کا دم بھرتے ہیں میرے محمد مصطفیٰ مردوں کو زندہ کرتے ہیں میرے محمد سرور کائنات سبحان جہاں دے سردار دی دعوت کیتی ایک اصحاب رسول حضرت جابر رحمت اللہ علیہ حضور دی نال اصحابہ دی دعوت کریں دے دکینے کریں دے شہر لکھ دے ایک نہارے حضرت جابر کیتی دعوت رسول خدا نو عادت اس جابر دی آئی تے پسند کو مصطفیٰ نے آکھیا کل اصحابانو اتے حبیب کبریانو حیران ہوئی کل خلقت اٹھے جابر دی دیکھ وفانو مخاطب ہو اصحاباں دے اتے پاک نبی فرمایا دعوت ہے اج گھر جابر دے اتے بننا لازمی ضرور ہے مخاطب ہو اصحاباں دے فرمایا پاک حضور ہے دعوت ہے اج گھر جابر دے اتے بننا لازمی ضرور ہے اس کرم نوازی نوازی دا ہویا جابر بہوں مشکورے اتھو جابر پھر روانہ ہویا تے جہاں دعوت تھئی منظورے حضرت جابر گھر گیا بی بی تو پوچھا کہ میں مہمانہ کو دعوت دیتی گھر دے وچ کاشے کھاون دی گھر آکے حضرت جابر پوچھیا اتے بی بی توں کل حالے کیتی دعوت میں اصحاباں دی اتے خود ماں بور تک کشے نہیں ہکا بکری کھڑی ہے چاکر سی کرم او حق تالا جہدی شان اس خامی کوئی نہیں ہے آسرا اون دی ذات اتے میں کو بئی پریشانی کوئی نہیں چاہ رحم کرے سی دکھیاں تے ایسی کوئی حیرانی کوئی نہیں ہے ہک بکری وچ گھر دے سادے اتے بھئی مہمانی کوئی نہیں ہکا بکری آئی اون بکری کو جابر زبا کریں دے اون دے دو فرزاندن اون بکری دے پی تو خودکشی کریں دے
ਇੱਕ ਗਲ ਦੇ ਵਿੱਚ ਰੱਸੀ ਪੈਂਦੇ ਥਾ ਖਿੰਨ ਕੇ ਮਰ ਵੈਂਦੇ ਦੂਜਾ ਲੜਕਾ ਕੋਠੇ ਤੋਂ ਛਲਾਂਗ ਮਰਦੇ ਉਹ ਤਾਂ ਖੁਦਕਸ਼ੀ ਕਰਕੇ ਮਰ ਵੈਂਦੇ ਇਸ਼ਾਰਾ ਤਾਂ ਨਪ ਕੇ ਬੱਕਰੀ ਜਾਬਰ ਨੇ ਕੀਤੀ ਜਲਦੀ ਨਾਲ ਤਿਆਰੀ ਬੱਕਰੀ ਪਿੱਛੋਂ ਰੋਂਦੇ ਰਹਿ ਗਏ ਜਾਬਰ ਦੇ ਲੋਹੇ ਮਾਲੇ ਬੱਕਰੀ ਜਾਬਰ ਨੇ ਕੀਤੀ ਜਲਦੀ ਨਾਲ ਹਲਾਲੇ ਬੱਕਰੀ ਪਿੱਛੋਂ ਰੋਂਦੇ ਰਹਿ ਗਏ ਜਾਬਰ ਦੇ ਦੋਵੇਂ ਮਾਲ ਉਹਨੂੰ ਆਮਦ ਹੋਈ ਰਸੂਲ ਖੁਦਾ ਦੀ ਜਿਹੜਾ ਸੈਦ ਵਧਾ ਲੱਜ ਪਾਲ ਕਿਤੇ ਖੁਦਕਸ਼ੀ ਕਰਕੇ ਮਰ ਗਏ ਜਾਬਰ ਦੇ ਦੋਵੇਂ ਲਾਲ ਖਾਣਾ ਤਿਆਰ ਏ ਖਾਣ ਦੀ ਨੀਅਤ ਕਰੇ ਦਿਨ ਹਜ਼ਰਤ ਜਿਬਰੀਲ ਅਲੈਹਿਸਲਾਮ ਅੱਲਾਹ ਪਾਕ ਦੇ ਪੈਗਾਮ ਖਿੰਨ ਕੇ ਆ ਕੇ ਪੁਜਾਂਦੇ ਕਿਆ ਫਰਮਾਇਆ ਅੱਲਾਹ ਪਾਕ ਜਿਬਰਾਇਲ ਅਮੀਨ ਆਏ ਅਤੇ ਰੱਬ ਦਾ ਖਿੰਨ ਪੈਗਾਮ ਸਭ ਤੋਂ ਪਹਿਲੇ ਖਾਲਕ ਦਾ ਦਿੱਤਾ ਜਿਬਰਾਇਲ ਸਲਾਮ ਖਾਣੇ ਕੀਤੇ ਘਰ ਜਾ ਬਿਲਦੇ ਅਤੇ ਵਿਚ ਗਏ ਦਸਤਰਖਾਨ ਸ਼ਰੀਕ ਨਹੀਂ ਫਰਜ਼ੰਦ ਜਾ ਬਿਲਦੇ ਫਰਮਾਇਆ ਰੱਬ ਰਹਿਮਾਨ ਯਾਨੀ ਇਹ ਦਾਵਤ ਵਿੱਚ ਜਾਬਰ ਦੇ ਸ਼ਹਿਜ਼ਾਦਾ ਨੂੰ ਲਾਜ਼ਮੀ ਸ਼ਰੀਕ ਕਰੋ ਹਜ਼ੂਰ ਫਰਮਾਇਆ ਜਾਬਰ ਕੋ ਹੈ ਜਾਬਰ ਆਪਣੇ ਫਰਜ਼ੰਦ ਤੱਕ ਬੋਲ ਕੇ ਹਜ਼ਰਤ ਜਾਬਰ ਫਰਮਾਇਆ ਕਿਤੇ ਖੇਡੇ ਵਧੋ ਸਨਵਾਲ ਜੀ ਜਾਬਰ ਕੋ ਪਤਾ ਕੋ ਨਹੀਂ ਕਿ ਮੇਰੇ ਪੁੱਤਰ ਸ਼ਹੀਦ ਸੀ ਗਏ ਜਾਂ ਖੁਦਕਸ਼ੀ ਕਰ ਗਏ ਕੰਨ ਕੇ ਜ਼ਾਲ ਕੋਲ ਪੁੱਛਾ ਕਿ ਸਾਡੇ ਲੜਕੇ ਕਿੱਥੇ ਨੇ ਉਹ ਪਹਿਲੇ ਨਹੀਂ ਦਿਸੈਂਦੀ ਕਿ ਇਹ ਮਹਿਮਾਨ ਟੁਰ ਵਾਸਤੇ ਤੇ ਪਿੱਛੇ ਦਿਸੈ ਸੀ ਉਹ ਆਦਿ ਸਾਡੇ ਲੜਕੇ ਹਮੇਸ਼ਾ ਵਾਸਤੇ ਸਾਡੇ ਕੋਲ ਦੂਰ ਸੀ ਗਏ ਉਹਨਾਂ ਕੋ ਬੱਕਰੀ ਪਿਆਰੀ ਹੈ ਬੱਕਰੀ ਦੇ ਨਾਲ ਪਿਆਰ ਹੈ ਤੈਂ ਬੱਕਰੀ ਜ਼ਬਾਂ ਕੀਤੀ ਉਹਨਾਂ ਖੁਦਕਸ਼ੀ ਕੀਤੀ ਲਾਸ਼ਾਂ ਨੂੰ ਚਾਹ ਕੇ ਹਜ਼ੂਰ ਦੇ ਸਾਹਮਣੇ ਰੱਖਦੇ ਨੇ ਤੇ ਫਰਮਾਇਆ ਯਾ ਰਸੂਲਲਾ ਸਾਡੇ ਫਰਜ਼ੰਦ ਬੱਕਰੀ ਦੇ ਪਿੱਛੇ ਖੁਦਕਸ਼ੀ ਕੀਤੀ ਨੇ ਦੋਏ ਹਮੇਸ਼ਾ ਵਾਸਤੇ ਸਾਡੇ ਕੋਲ ਦੂਰ ਸੀ ਗਏ ਹਜ਼ਰਤ ਕਿਆ ਫਰਮਾਇਆ ਜਿਨ ਆਏ ਦੋਹਾਂ ਲਾਸ਼ਾਂ ਨੂੰ ਜਿੱਥੇ ਵਿਛ ਗਏ ਦਸਤਰਖਾਨ ਵੇਖ ਕੇ ਉਹਨਾਂ ਲਾਸ਼ਾਂ ਕੋਲ ਕੁੱਲ ਖਿਲਕਤ ਥਈ ਹਰਿਆਨ ਮੰਗੀ ਦੁਆ ਰਸੂਲ ਖੁਦਾ ਦੇ ਅਤੇ ਉੱਠ ਬੈਠੇ ਨਾਦਾਨ ਤੁਹੇ ਦਾਵਤ ਵਿੱਚ ਵੀ ਸ਼ਰੀਕ ਥਏ ਦੇਖੋ ਸ਼ਾਨ ਵਾਲੇ ਦੇਸ਼ਾਂ ਨੇ ਜ਼ਿੰਦਾ ਕਰਕੇ ਲੜਕਾਂ ਨੂੰ ਚੇਤਾ ਆਪਣੇ ਨਾਲ ਬਲਹਾਇਆ ਦੇਖ ਸ਼ਾਨ ਉਸ ਸ਼ਾਨਾ ਵਾਲੇ ਦੀ ਜਾਂਦਾ ਰੱਬ ਨੇ ਸ਼ਾਨ ਵਧਾਇਆ ਆਪਣੇ ਸਾਬਰ ਬੰਦਿਆਂ ਨੂੰ ਤੇ ਚਾਦੇ ਤੇ ਅਜਰ ਖੁਦਾਇਆ ਕਰੋ ਕੱਠਾ ਹਿੱਕਦਾ ਹੱਡੀਆਂ ਕੋ ਮੇਰੇ ਪਾਕ ਨਬੀ ਫਰਮਾਇਆ ਫਰਮਾਇਆ ਜਿਹੜੀ ਬੱਕਰੀ ਦੀਆਂ ਹੱਡੀਆਂ ਇਹਨਾਂ ਕੋ ਹਿੱਜਾ ਤੇ ਇਕੱਠਾ ਕਰੋ ਉੱਤੇ ਕੱਪੜਾ ਵਿਛਾ ਦਿਓ ਖਾ ਪੀ ਕੇ ਉਹਨਾਂ ਤੇ ਕੱਪੜਾ ਵਿਛ ਗਿਆ ਹਜ਼ੂਰ ਕਰ ਕੀ ਕੁਝ ਕੀਤਾ ਜਿਸ ਵਕਤ ਰਸੂਲ ਪਾਕ ਕੀ ਖਤਮ ਦਾਵਤ ਹੋ ਗਈ ਦੇਖ ਕੇ ਉਹਦੇ ਮੌਦੇ ਕੋ ਹੈਰਾਨ ਖਿਲਕਤ ਹੋ ਗਈ ਚਾਦਰ ਘੱਤੀ ਹੱਡੀਆਂ ਉੱਤੇ ਮਨਜ਼ੂਰ ਲਬਕੂ ਹੋ ਗਈ ਦੇਖੋ ਸ਼ਾਨ ਕਮਲੀ ਵਾਲੇ ਦੀ ਬੱਕਰੀ ਵੀ ਜ਼ਿੰਦਾ ਹੋ ਗਈ ਮੇਰੇ ਮੁਹੰਮਦ ਮੁਸਤਫਾ